अजकल सोशल मीडिया से कोई भी खबर वायरल होंदे आ देर नहीं लगती। किसी भी इलाके की खबर कुछ ही देर च पूरी दुनिया के कोल पहुंच जाती है। तो हुण तुहाडे सामने है एक होर वायरल हुई वीडियो, जिसनू देख के तो जिवें दिल ही खुश हो जाता है। जिथे वीडियो च एक बच्ची दिखाई दे रही है जो अपनी दसवीं जमात का फाइनल पेपर देन स्कूल जा रही है, वह भी घोड़े ते बह के। पिछे बस्ता लटक रहा है ते बच्ची काफी बिजी सड़क होने के बावजूद भी बड़ी सहजता दे नाल घोड़ा सड़क ते दौड़ा रही है। ਇਹ ਘਟਨਾ ਹੈ ਕੇਰਲ ਦੇ ਥੈਸੂਰ ਸ਼ਹਿਰ ਦੀ ਤੇ ਸੜਕ ਤੇ ਜਾਂਦੇ ਕਿਸੇ ਸ਼ਖਸ ਵੱਲੋਂ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕ ਇਸ ਨੂੰ ਪੋਲੂਸ਼ਨ ਫ੍ਰੀ ਸੜਕਾਂ ਬਣਾਉਣ ਲਈ ਬੱਚੀ ਦੀ ਪਹਿਲ ਦੱਸ ਰਹੇ ਨੇ ਤੇ ਕਈ ਬੱਚੇ ਦੀ ਹੌਸਲੇ ਦੀ ਤਾਰੀਫ ਕਰ ਰਹੇ ਨੇ। ਉੱਥੇ ਹੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਇਸ ਬੱਚੀ ਦੀ ਤਾਰੀਫ ਕੀਤੀ ਤੇ ਕਿਹਾ ਕਿ ਕਿਸੇ ਕੋਲ ਥੈਸੂਰ 'ਚ ਇਸ ਬੱਚੀ ਦੇ ਘੋੜੇ ਦੇ ਨਾਲ ਤਸਵੀਰ ਹੈ ਤਾਂ ਉਹ ਮੈਨੂੰ ਚਾਹੀਦੀ ਹੈ। ਇਹ ਬੱਚੀ ਮੇਰੀ ਹੀਰੋ ਹੈ। ਬੱਚੀ ਦਾ ਸਕੂਲ ਜਾਣਾ ਮੈਨੂੰ ਭਵਿੱਖ ਲਈ ਸਕਾਰਾਤਮਕ ਬਣਾਉਂਦਾ ਹੈ। ਅਜਿਹੇ ਸ਼ਾਨਦਾਰ ਕਮੈਂਟਾਂ ਦੇ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।